ਸਤਿ ਸ਼੍ਰੀ ਅਕਾਲ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ, ਲੈ ਕੇ ਪ੍ਰੋਗਰਾਮ ਦੇਸ਼ ਪ੍ਰਦੇਸ਼। ਅੱਜ ਇਸ ਪ੍ਰੋਗਰਾਮ 'ਚ ਗੱਲ ਕਰਾਂਗੇ ਜਿਹੜੇ ਸਟੂਡੈਂਟ ਅਬਰੋਡ ਜਾ ਕੇ ਪੜ੍ਹਨਾ ਚਾਹੁੰਦੇ ਨੇ, ਉਹਨਾਂ ਲਈ ਅੱਜ ਮਾਰਕੀਟ ਦੇ ਵਿੱਚ ਆਪਸ਼ਨਸ ਕੀ ਬਾਕੀ ਨੇ, ਕੀ ਰਹਿ ਗਈਆਂ ਨੇ, ਕਿੰਨੀਆਂ ਕੁ ਸੀਟਾਂ ਫਿਲ ਹੋ ਗਈਆਂ ਨੇ, ਕਿਹੜੇ ਕਿਹੜੇ ਕਾਲਜ ਇਸ ਟਾਈਮ ਇੰਡੀਆ ਦੇ ਵਿੱਚ ਨੇ ਅਤੇ ਕਿੱਥੇ ਕਿੱਥੇ ਉਹ ਕਦੋਂ ਤੁਹਾਨੂੰ ਮਿਲ ਸਕਦੇ ਨੇ। ਅੱਜ ਓਪਰਚੁਨਿਟੀਜ਼ ਦੀ ਗੱਲ ਹੋਏਗੀ, ਆਪਸ਼ਨਸ ਦੀ ਗੱਲ ਹੋਏਗੀ, ਰਿਕੁਆਇਰਮੈਂਟ ਦੀ ਗੱਲ ਹੋਏਗੀ ਅਤੇ ਖਾਸ ਕਰ ਗੱਲ ਕਰਾਂਗੇ ਇੱਕ ਗਾਈਡੈਂਸ ਦੀ ਜਿਹੜੀ ਸਟੂਡੈਂਟ ਨੂੰ ਜ਼ਰੂਰਤ ਹੈ ਇੱਥੋਂ ਜਾਣ ਲਈ, ਜਿਹੜਾ ਦੇਸ਼ ਤੋਂ ਪ੍ਰਦੇਸ਼ ਜਾਣਾ ਚਾਹੁੰਦਾ, ਚਾਹੇ ਉਹ ਜਾਣਾ ਚਾਹੁੰਦਾ ਹੋਵੇ ਆਸਟ੍ਰੇਲੀਆ, ਚਾਹੇ ਨਿਊਜ਼ੀਲੈਂਡ, ਚਾਹੇ ਕੈਨੇਡਾ, ਹਰ ਕੰਟਰੀ ਬਾਰੇ ਅੱਜ ਗੱਲ ਕਰਾਂਗੇ। ਤੁਹਾਡੇ ਮਨ ਦੇ ਵਿੱਚ ਸਵਾਲ ਆਪਣੀ ਪ੍ਰੋਫਾਈਲ ਨੂੰ ਲੈ ਕੇ ਕੋਈ ਵੀ ਆਉਂਦਾ ਹੈ, ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤਾਂ ਸਾਡੇ ਆਏ ਐਕਸਪਰਟ ਦੀ ਟੀਮ ਦੇ ਨੰਬਰ ਚੱਲ ਰਹੇ ਨੇ ਟੀਵੀ ਸਕਰੀਨ 'ਤੇ, ਉਹਨਾਂ 'ਤੇ ਕਾਲ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ। ਅੱਜ ਦੇ ਆਏ ਐਕਸਪਰਟ ਨਾਲ ਤੁਹਾਨੂੰ ਮਿਲਾ ਦਿੰਦੇ ਹਾਂ, ਵੈਸਟਰਨ ਓਵਰਸੀਜ਼ ਤੋਂ ਪ੍ਰਦੀਪ ਜੀ ਮੇਰੇ ਨਾਲ ਮੌਜੂਦ ਰਹਿਣਗੇ। ਪ੍ਰਦੀਪ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਸ਼ੁਰੂਆਤ ਦੇ ਵਿੱਚ ਮੈਂ ਦੱਸ ਦਵਾਂ ਜੀ, ਪ੍ਰਦੀਪ ਜੀ ਦੀ ਟੀਮ ਵੱਲੋਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਸੈਮੀਨਾਰਸ ਅਰੇਂਜ ਕੀਤੇ ਜਾ ਰਹੇ ਨੇ, ਔਰ ਇਹ ਸੈਮੀਨਾਰਸ ਖਾਸ ਕਰ ਸਿਰਫ ਇੱਕ ਕੰਟਰੀ ਨੂੰ ਲੈ ਕੇ ਨਹੀਂ ਹੋਣਗੇ, ਇਹ ਗਲੋਬਲੀ ਜਿਵੇਂ ਮੈਂ ਗੱਲ ਕੀਤੀ, ਚਾਹੇ ਕੋਈ ਆਸਟ੍ਰੇਲੀਆ ਜਾਣਾ ਚਾਹੁੰਦਾ, ਚਾਹੇ ਨਿਊਜ਼ੀਲੈਂਡ, ਚਾਹੇ ਕੈਨੇਡਾ, ਹਰ ਇੱਕ ਕੰਟਰੀ ਨੂੰ ਲੈ ਕੇ ਇਹ ਸੈਮੀਨਾਰ ਕੀਤਾ ਜਾਏਗਾ। ਡੇਟਸ ਮੈਂ ਇੱਕ ਵਾਰੀ ਬੋਲ ਦਿੰਦਾ, ਵੈਸੇ ਸਕਰੋਲ ਰੂਪ 'ਚ ਚੱਲ ਵੀ ਰਿਹਾ, 16 ਤਰੀਕ ਨੂੰ 3 ਸ਼ਹਿਰਾਂ ਦੇ ਵਿੱਚ ਸੈਮੀਨਾਰ ਕੀਤੇ ਜਾਣਗੇ, ਜਿਹਦੇ 'ਚ ਚੰਡੀਗੜ੍ਹ, ਅੰਬਾਲਾ ਅਤੇ ਕੁਰਸ਼ੇਤਰ ਰਹਿਣਗੇ। ਜਿਹੜਾ ਵੀ ਨੇੜੇ ਪੈਂਦਾ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਫਰੀ ਆਫ ਕੋਸਟ ਹੈ, ਕੋਈ ਪੈਸਾ ਨਹੀਂ ਦੇਣਾ। 17 ਤਰੀਕ ਯਮੁਨਾਨਗਰ, ਕੈਥਲ ਅਤੇ ਸੋਨੀਪਤ। ਉਸ ਤੋਂ ਬਾਅਦ ਫਿਰ ਪੰਜਾਬ ਦੇ ਸੈਮੀਨਾਰ ਆ ਜਾਂਦੇ ਨੇ, ਉਹ 23 ਤਰੀਕ ਤੋਂ ਸ਼ੁਰੂ ਹੋ ਰਹੇ ਨੇ, 23 ਅਪ੍ਰੈਲ ਨੂੰ ਅੰਮ੍ਰਿਤਸਰ, ਪਟਿਆਲਾ ਅਤੇ ਹੁਸ਼ਿਆਰਪੁਰ, ਇੱਕੋ ਦਿਨ 3 ਸ਼ਹਿਰਾਂ ਦੇ ਵਿੱਚ। 24 ਤਰੀਕ ਜਲੰਧਰ, ਮੋਗਾ ਅਤੇ ਲੁਧਿਆਣਾ, ਅਤੇ 25 ਨੂੰ ਗੁਰਦਾਸਪੁਰ, ਬਰਨਾਲਾ ਅਤੇ ਬਠਿੰਡਾ। ਵੈਨਿਊ ਲਈ ਤੁਸੀਂ ਸਕਰੋਲ ਦੇਖ ਸਕਦੇ ਹੋ ਜਾਂ ਇਹਨਾਂ ਦੇ ਨੰਬਰ 'ਤੇ ਕਾਲ ਕਰਕੇ ਵੈਨਿਊ ਪਤਾ ਕੀਤਾ ਜਾ ਸਕਦਾ। ਇਹ ਜਿਹੜੇ ਇੰਨੇ ਸੈਮੀਨਾਰ ਪ੍ਰਦੀਪ ਜੀ ਇੱਕੋ ਸ਼ਹਿਰ ਦੇ ਵਿੱਚ ਨਹੀਂ, ਸਿਰਫ ਇੱਕੋ ਡੇਟ 'ਚ 3-3 ਸ਼ਹਿਰਾਂ ਦੇ ਵਿੱਚ ਟੀਮ ਨੂੰ ਭੇਜਣਾ, ਐਕਸਪਰਟਸ ਨੂੰ ਭੇਜਣਾ, ਕੀ ਸੋਚ ਇਹਦੇ ਪਿੱਛੇ ਰਹੀ? ਦੇਖੀਏ ਸਰ, ਐਕਚੁਲੀ ਹਮਨੇ ਮੈਕਸੀਮ ਸੇ ਮੈਕਸੀਮ ਸਾਰਾ ਨੌਰਥ ਇੰਡੀਆ ਕਵਰ ਕਰਨਾ ਹੈ, ਔਰ ਤਕਰੀਬਨ ਅਗਰ ਆਪ ਯੇ ਹਰਿਆਣਾ ਔਰ ਪੰਜਾਬ ਕੀ ਬਾਤ ਕਰੇਂਗੇ ਤੋ 16-17 ਸੈਮੀਨਾਰ ਬਣ ਜਾਤੇ ਹੈਂ। 16-17 ਸੈਮੀਨਾਰਸ ਮੀਨਸ, ਮੈਂ ਅਗਰ ਏਕ ਦਿਨ ਮੈਂ ਏਕ ਸੈਮੀਨਾਰ ਕੀ ਬਾਤ ਕਰੂੰਗਾ ਤੋ ਇੱਕ ਤਰ੍ਹਾਂ ਸੇ ਮਹੀਨਾ ਲੱਗ ਜਾਤਾ ਹੈ, 16-17 ਦਿਨ ਕੰਟੀਨਿਊ। ਫਸਟ ਤੋ ਯੇ ਚੀਜ਼ ਹੈ, ਸੈਕਿੰਡਲੀ ਡੈਲੀਗੇਟਸ ਹੈ, ਵੋ ਡੈਲੀਗੇਟਸ 16-17 ਦਿਨ ਨਹੀਂ ਰੁਕ ਸਕਤੇ, ਵੋ ਲਿਮਿਟਿਡ ਟਾਈਮ ਕੇ ਲੀ ਆਤੇ ਹੈਂ। ਤੋ ਹਮਨੇ ਉਨਕੋ ਮਤਲਬ ਹਰ ਇੱਕ ਕਾਲਜ ਕੇ ਏਕ ਦੋ ਕਿਸੇ ਦੇ ਕਿਸੇ ਕਾਲਜ ਕੇ 3 ਬੰਦੇ ਵੀ ਆਏ ਹੋਏ ਹੈ, ਤੋ ਵੋ ਟੀਮ ਡਿਵਾਈਡ ਕੀ ਹੋਈ ਹੈ। ਜੈਸੇ ਏਕ ਕਾਲਜ ਹੈ, ਏਕ ਕਾਲਜ ਕੇ 3 ਡੈਲੀਗੇਟਸ ਹੈ, ਤੋ ਏਕ ਦਿਨ ਮੈਂ 3 ਸੈਮੀਨਾਰ ਹੋ ਰਹੇ, ਤੋ ਤਿੰਨੋ ਜਗ੍ਹਾ ਇੱਕ ਇੱਕ ਡੈਲੀਗੇਟ ਪਹੁੰਚ ਰਿਹਾ ਹੈ। ਦੂਸਰਾ, ਜੋ ਮੈਂ ਆਪਣੀ ਟੀਮ ਕੀ ਬਾਤ ਕਰੂੰ ਤੋ ਮੇਰੇ ਪਾਸ ਪਰਫੈਕਟ ਟੀਮ ਹੈ, ਵੋ ਟੀਮ ਵੀ ਡਿਵਾਈਡ ਹੋਈ ਹੈ, ਮੈਂ ਖੁਦ ਵੀ ਡਿਵਾਈਡ ਹੂੰ ਕਿ ਮੈਂ ਆਈ ਵਿਲ ਟਰਾਈ ਕਿ ਮੈਂ ਮੈਕਸੀਮ ਸੇ ਮੈਕਸੀਮ ਜੋ ਬਹੁਤ ਜ਼ਰੂਰੀ ਜਹਾਂ ਜਹਾਂ ਪੇ ਹੈ ਵਹਾਂ ਮੈਂ ਪਹੁੰਚ ਪਾਊਂ, ਔਰ ਇਹ ਸਾਰੀ ਚੀਜ਼ਾਂ ਹੈ। ਸੈਕਿੰਡਲੀ, ਇੱਕ ਬਹੁਤ ਬੜੀ ਰੀਜ਼ਨਸ ਇਹ ਵੀ ਹੈ ਕਿ ਐਡਵਰਟੀਜ਼ਮੈਂਟ, ਜਬ ਆਪ ਐਡਵਰਟੀਜ਼ਮੈਂਟ ਦੇ ਰਹੇ ਹੋ ਤੋ ਮੇਰਾ ਪੂਰਾ ਹਰਿਆਣਾ ਮੈਂ ਹਰ ਨਿਊਜ਼ ਪੇਪਰ ਮੈਂ ਆ ਰਹੀ ਹੈ, ਤੋ ਅਬ ਇੱਕ ਹਰ ਇੱਕ ਕੰਪਨੀ ਕਾ ਇੱਕ ਬਜਟ ਵੀ ਹੋਤਾ ਹੈ, ਤੋ ਐਸੇ ਹੀ ਪੰਜਾਬ ਮੈਂ ਨਿਊਜ਼ ਪੇਪਰਸ ਮੈਂ ਐਡਵਰਟੀਜ਼ਮੈਂਟ ਆ ਰਹੀ ਹੈ, ਤੋ ਆਪ ਪੇ ਬਹੁਤ ਪੈਸੇ ਸੇਵ ਕਰਕੇ ਸਟੂਡੈਂਟਸ ਕੀ ਵੈਲਫੇਅਰ ਕੇ ਲਈ ਲਗਾ ਸਕਤੇ ਹੋ, ਨਾ ਕਿ ਮਤਲਬ ਐਸੇ ਪੈਸੇ ਲਗਾ ਕੇ ਮਤਲਬ ਇਸ ਤਰੀਕੇ ਸੇ ਔਰ ਕੱਲ ਬੱਚੋਂ ਸੇ ਹੀ ਮੰਗਣੇ ਪੜ ਜਾਏ, ਤੋ ਵੋ ਚੀਜ਼ ਇਹ ਕੁਛ ਐਸੀ ਇੰਟਰਨਲ ਚੀਜ਼ਾਂ ਹੈ ਜੋ ਸ਼ਾਇਦ ਆਪਕੋ ਸਮਝ ਆ ਗਈ ਹੋਂਗੀ, ਲੇਕਿਨ ਕਲਾਇੰਟ ਜਾਂ ਪੇਰੈਂਟਸ ਕੋ ਨਹੀਂ ਸਮਝ ਮੈਂ ਆਏਗੀ, ਲੇਕਿਨ ਮੇਰਾ ਇਹੀ ਹੈ ਕਿ ਮੈਂ ਜਲਦੀ ਸੇ ਜਲਦੀ ਇਹ ਫੇਅਰ ਨਿਪਟਾਊਂ, ਸਾਰੇ ਡੈਲੀਗੇਟਸ ਹਰ ਇੱਕ ਜਗ੍ਹਾ ਪੇ ਪਹੁੰਚ ਪਾਏ, ਪਲੱਸ ਮੇਰੀ ਟੀਮ ਪਰਫੈਕਟ ਹੈ, ਵੋ ਸਾਰੀ ਪਹੁੰਚੇਗੀ ਜੀ। ਸੋ ਇਹ ਸੈਮੀਨਾਰ ਇੱਕ ਕੰਟਰੀ ਬਾਰੇ ਨਹੀਂ ਹੈ? ਯੇ ਸਰ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਯੂਐਸਏ ਐਂਡ ਯੂਰੋਪ। ਯੂਰੋਪ ਕੇ 27 ਕਾਲਜ ਹੈ, ਜਿਸ ਮੇਂ ਸੇ 10-12 ਕਾਲਜ ਕੀ ਯੂਰੋਪ ਮੇਂ, ਜਹਾਂ ਪੇ ਵੀਜ਼ਾ ਸਕਸੈਸ ਰੇਟ ਬਹੁਤ ਆਈ ਹੈ, ਉਨ ਸਭ ਕੀ ਯਹਾਂ ਪੇ ਕਾਉਂਸਲਿੰਗ ਔਨ ਸਪੋਟ ਐਡਮਿਸ਼ਨ ਦਿਆ ਜਾਏਗਾ। ਔਰ ਏਕ ਔਰ ਰਿਕੁਐਸਟ ਹੈ, ਮੇਰੀ ਵੈਬਸਾਈਟਸ ਪੇ ਜਾ ਕੇ, ਵੈਸਟਰਨ ਓਵਰਸੀਜ਼ ਕੀ ਵੈਬਸਾਈਟ ਹੈ www.western-overseas.com, ਉਸ ਪੇ ਜਾ ਕੇ ਇੱਕ ਟਿਕਟ ਪਰਚੇਜ਼ ਕਰ ਲਓ, ਟਿਕਟ ਆਪਕੋ ਫਰੀ ਮਿਲੇਗੀ, ਵਹਾਂ ਪੇ ਇੱਕ ਇਵੈਂਟਸ ਕਾ ਕਿਆ ਨਾਮ ਹੈ ਲੋਗਿਨ ਹੈ, ਆਪ ਉਸ ਪੇ ਜਾਈਏ, ਉਸ ਪੇ ਲੋਗਿਨ ਕਰੀਏ ਔਰ ਫਰੀ ਟਿਕਟ ਪਰਚੇਜ਼ ਕਰੋ। ਉਸ ਟਿਕਟ ਕਾ ਫਾਇਦਾ ਇਹ ਹੋਗਾ ਕਿ ਆਪਕੋ ਇੱਕ ਟਾਈਮ ਔਰ ਟਾਈਮ ਆਪਕੋ ਅਲੋਟ ਹੋ ਜਾਏਗਾ, ਤੋ ਆਪ ਹਮੇ ਪਤਾ ਵੀ ਹੋਗਾ ਕਿ ਇਸ ਬੱਚੇ ਨੇ ਇਸ ਟਾਈਮ ਪੇ ਪਹੁੰਚਣਾ ਹੈ, ਤੋ ਵੋ ਆਪਕੇ ਲਈ ਬੈਨੀਫਿਸ਼ਲ ਰਹੇਗਾ। ਤੋ ਪਲੀਜ਼ ਰਿਕੁਐਸਟ ਹੈ ਕਿ ਆਪ ਮੇਰੀ ਵੈਬਸਾਈਟਸ ਪੇ ਜਾ ਕੇ ਇਸ ਟਿਕਟ ਕੋ ਪਰਚੇਜ਼ ਕਰੋ, ਔਰ ਵੋ ਵੀ ਫਰੀ ਪਰਚੇਜ਼ ਕਰਨੀ ਹੈ, ਮਤਲਬ ਐਸਾ ਨਹੀਂ ਹੈ ਕਿ ਆਪਕੋ ਕੋਈ ਪੈਸੇ ਪੇ ਕਰਨੇ ਹੈ। ਪਰਚੇਜ਼ ਵੀ ਨਹੀਂ ਕਹਿ ਸਕਦੇ, ਫਿਰ ਤੁਸੀਂ ਟਿਕਟ ਲੈ ਸਕਦੇ ਹੋ, ਜਾ ਕੇ ਵੈਬਸਾਈਟ 'ਤੇ ਤੁਸੀਂ ਲੈ ਲਿਓ, ਫਰੀ ਹੈ, ਉਹਦੇ 'ਚ ਤੁਹਾਨੂੰ ਪ੍ਰੋਪਰਲੀ ਟਾਈਮ ਮਿਲ ਜਾਏਗਾ, ਤੁਸੀਂ ਆਪਣਾ ਟਾਈਮ ਉਹ ਰਿਪ੍ਰਜੈਂਟੇਟਿਵ ਦੇ ਨਾਲ ਲਾ ਕੇ ਆਪਣੇ ਸਵਾਲ ਜਿਹੜੇ ਨੇ ਉਹ ਸਾਂਝੇ ਕਰ ਸਕਦੇ ਹੋ। ਪ੍ਰਦੀਪ ਜੀ,
ਬਹੁਤ ਇਹ ਜਿਹੜਾ ਸਮਾਂ ਹੁੰਦਾ ਮਾਰਚ ਅਪ੍ਰੈਲ ਤੋਂ ਲੈ ਕੇ ਖਾਸਕਰ ਸਪਤੰਬਰ ਤੱਕ, ਇਹ ਸੈਮੀਨਾਰਸ ਦੀ ਬੜੀਆਂ ਲੜੀਆਂ ਚੱਲਦੀਆਂ, ਬਹੁਤ ਵੱਡੇ ਵੱਡੇ ਪੱਧਰ ਦੇ ਸੈਮੀਨਾਰ ਹੁੰਦੇ ਨੇ। ਦੇਖੋ ਜੀ, ਇੱਕ ਸਟੂਡੈਂਟ ਦੇ ਲਈ ਕਿਉਂ ਲੋੜ ਪੈਂਦੀ ਹੈ ਸੈਮੀਨਾਰ ਦੀ ਅਤੇ ਕੀ ਬੈਨੀਫਿਟਸ ਨੇ? ਦੇਖੀਏ, ਯਹਾਂ ਪਰ ਕੁਛ ਚੀਜ਼ਾਂ ਸਮਝਣੀ ਪੜੇਗੀ। ਇਹ ਸੀਜ਼ਨ ਹੈ, ਸੀਜ਼ਨ ਮੀਨਸ ਅਭੀ ਸਟੂਡੈਂਟ ਰੀਸੈਂਟ ਪਾਸ ਆਊਟ ਨਿਕਲ ਰਹੇ ਹੈਂ 2018। ਤੋ ਹਮਾਰੀ ਜੋ ਸਬਸੇ ਬੜੀ ਬਾਤ, ਪਹਿਲੀ ਬਾਤ ਤਾਂ ਕੋਈ ਗੌਰਮੈਂਟ ਸੈਕਟਰ ਤੋਂ ਹੈ ਨਹੀਂ, ਠੀਕ ਹੈ। ਹਮੇ ਮੈਕਸਿਮਮ ਸੇ ਮੈਕਸਿਮਮ ਬੱਚੋਂ ਕੋ ਸਰਵਿਸਿਸ ਦੇਂਗੇ, ਤਭੀ ਬੱਚੇ 10 ਬੱਚੇ ਹੋਰ ਆਏਂਗੇ। ਤੋ ਹਮਾਰਾ ਜੋ ਪਰਪਜ਼ ਹੈ, ਦੂਸਰਾ ਅਬ ਮਤਲਬ ਹਮਾਰੇ ਪੰਜਾਬ ਮੇਂ ਵੀ ਆਫਿਸ ਹੈ, ਹਰਿਆਣਾ ਮੇਂ ਵੀ ਆਫਿਸ ਹੈ। ਤੋ ਹਮਾਰੀ ਜਹਾਂ ਬ੍ਰਾਂਚਿਸ ਨਹੀਂ ਹੈ, ਵਹਾਂ ਵੀ ਕੋਸ਼ਿਸ਼ ਹੋ ਰਹੀ ਕਿ ਉਨ ਸੇ ਵਹਾਂ ਪੇ ਵੀ ਉਨ ਸਿਟੀਜ਼ ਮੇਂ ਪਹੁੰਚੇ, ਕਿਉਂਕਿ ਬੱਚੇ ਵਹਾਂ ਸੇ ਵੀ ਹਮਾਰੇ ਪਾਸ ਆਤੇ ਹੈਂ। ਤੋ ਯੇ ਲੋਡ ਇਸ ਲੀਏ ਹੈ, ਇੱਕ ਤੋ ਰੀਸੈਂਟ ਪਾਸ ਆਊਟ ਬੱਚਾ ਹੈ, ਰੀਸੈਂਟ ਪਾਸ ਆਊਟ ਬੱਚਾ ਹੈ, ਤੋ ਹਮੇ ਉਨਕੋ ਗਾਈਡੈਂਸ ਦੇਣੀ ਹੈ, ਜੈਨੂਅਨ ਗਾਈਡੈਂਸ ਦੇਣੀ ਹੈ। ਤੋ ਹਮੇ ਉਸਕੇ ਦਰਵਾਜ਼ੇ ਉਸਕੇ ਸ਼ਹਿਰ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਬੱਚਾ ਹਮ ਤੱਕ ਹੀ ਕਿਉਂ ਆਏ, ਹਮਾਰੀ ਡਿਊਟੀ ਨਹੀਂ ਬਣਤੀ ਕਿ ਹਮ ਬੱਚੇ ਤੱਕ ਪਹੁੰਚੇ। ਤੋ ਯੇ ਸਾਰੀ ਚੀਜ਼ੇ ਹੈ, ਗਿਵ ਐਂਡ ਟੇਕ ਵਾਲੀ ਪੋਲਿਸੀ ਹੈ, ਪਲੱਸ ਮੈਂ ਜਿਤਨਾ ਮੈਕਸੀਮਮ ਹਮਾਰੇ ਬੱਚੋਂ ਕੋ ਅਵੇਅਰ ਕਰ ਪਾਏਂਗੇ ਆਪਣੇ ਬਾਰੇ ਮੇਂ, ਉਤਨਾ ਬੱਚਾ ਕਹੀਂ ਨਾ ਕਹੀਂ ਭਰਮਿਤ ਹੋਣੇ ਸੇ ਬਚੇਗਾ, ਕਹੀਂ ਨਾ ਕਹੀਂ ਬੱਚਾ ਇੱਕ ਜੈਨੂਅਨ ਕੰਸਲਟੈਂਟ ਕੇ ਪਾਸ ਪਹੁੰਚੇਗਾ। ਹਮ ਯੇ ਨਹੀਂ ਕਹਤੇ ਕਿ ਆਪ ਹਮਾਰੇ ਪਾਸ ਔਨ ਸਪੋਰਟ ਐਡਮਿਸ਼ਨ ਲੋ, ਕਮ ਸੇ ਕਮ ਫੇਅਰ ਮੇਂ ਆਓ, ਪਤਾ ਲੋ ਐਕਚੁਅਲਿਟੀ ਐਕਚੁਅਲ ਮੇਂ ਕਾਉਂਸਲਿੰਗ ਕਿਆ ਹੋਤੀ ਹੈ, ਐਕਚੁਅਲ ਮੇਂ ਕੈਨੇਡਾ ਕਿਆ ਹੈ, ਕੈਨੇਡਾ ਮੇਂ ਕਿਸ ਕਿਸ ਕਾਲਜ ਮੇਂ ਆਪਸ਼ਨਸ ਅਵੇਲੇਬਲ ਹੈ, ਫਰੋਡ ਸੇ ਆਪ ਕੈਸੇ ਬਚ ਸਕਤੇ ਹੋ, ਸੇਮ ਆਸਟ੍ਰੇਲੀਆ ਕੋ ਲੈ ਕੇ ਹੈ, ਸੇਮ ਆਪਕੋ ਯੂਕੇ ਕੋ ਲੈ ਕੇ ਹੈ, ਯੂਐਸ ਕੋ ਲੈ ਕੇ ਹੈ, ਯੂਰੋਪ ਕੋ ਲੈ ਕੇ ਹੈ। ਤੋ ਮੇਰਾ ਪਰਪਜ਼ ਯਹੀ ਹੈ ਕਿ ਆਪ ਲੋਕ ਇਸ ਫੇਅਰ ਮੇਂ ਆਪਣੇ ਪੇਰੈਂਟਸ ਕੇ ਸਾਥ ਆਏ ਔਰ ਪੂਰੀ ਐਕਚੁਅਲ ਗਾਈਡੈਂਸ ਲੈ ਕੇ ਸੈਟਿਸਫਾਈ ਹੋ ਕੇ ਜਾਏ। ਵੈਸਟਰਨਸਿਸ ਆਪਕੀ ਸਰਵਿਸਿਸ ਕੇ ਲੀਏ ਹੈ, ਅੱਛਾ ਲੱਗੇਗਾ, ਆਪ ਹਮਾਰੇ ਪਾਸ ਇਨਰੋਲ ਹੋਤੇ ਹੈ, ਕਿਸੀ ਔਰ ਕੇ ਪਾਸ ਵੀ ਇਨਰੋਲ ਹੋਤੇ ਹੈ, ਤਾਂ ਕਹੀਂ ਨਾ ਕਹੀਂ ਹਮਾਰਾ ਕਹੀਂ ਨਾ ਕਹੀਂ ਇੱਕ ਰੋਲ ਤੋਂ ਥਾ ਨਾ, ਕਿ ਹਮਨੇ ਬੱਚੇ ਕੋ ਚੈੱਕਲਿਸਟ ਦੀ ਹੈ, ਕਾਉਂਸਲਿੰਗ ਦੀ ਹੈ, ਬੱਚਾ ਕਹੀਂ ਨਾ ਕਹੀਂ ਜਬ ਜਾਏਗਾ ਕਿਸੀ ਔਰ ਸੇ ਵੀ ਚਾਹੇ ਜਾ ਰਹਾ ਹੋ, ਤੋ ਕਹੀਂ ਨਾ ਕਹੀਂ ਹਮੇ ਯਾਦ ਤੋਂ ਕਰੇਗਾ। ਇੱਕ ਚੀਜ਼, ਸੈਮੀਨਾਰ ਸਾਰੇ ਹੀ ਜਿਹੜੇ ਹੁੰਦੇ ਆ ਉਹਨਾਂ ਨੂੰ ਬੈਨੀਫਿਸ਼ੀਅਲ ਮੰਨਦੇ ਹੋ, ਜਾਂ ਸੈਮੀਨਾਰ ਵੀ ਐਜ਼ ਐਨ ਏਜੰਟ ਜਿਵੇਂ ਆਪਾਂ ਕਹਿੰਦੇ ਹਾਂ ਵੀ ਬੜੀ ਚੂਜ਼ ਕਰਕੇ ਏਜੰਟ ਚੂਜ਼ ਕਰੋ, ਆਪਣਾ ਬੜੀ ਚੋਇਸ ਕਰਨੀ ਚਾਹੀਦੀ ਹੈ, ਸੈਮੀਨਾਰ ਵੀ ਬੱਚਾ ਹਰ ਇੱਕ ਦੇ ਵਿਜ਼ਿਟ ਕਰੇ ਜਾਂ ਉਹ ਵੀ ਸੋਚ ਸਮਝ ਕੇ ਵਿਜ਼ਿਟ ਕਰੇ? ਦੇਖੋ ਜੀ, ਯਹਾਂ ਆਪਾਂ ਆਪਣੀ ਥੋਟ ਹੈ ਹਰ ਬੱਚੇ ਕੀ, ਲੇਕਿਨ ਜਿਸ ਬੱਚੇ ਨੇ ਬਾਹਰ ਜਾਣਾ ਹੈ, ਐਸੇ ਆਪਕੋ ਕ੍ਰੀਏਟਿਵ ਹੋਣਾ ਚਾਹੀਏ, ਹਰ ਇੱਕ ਸੈਮੀਨਾਰ ਮੇਂ ਜਾਣਾ ਚਾਹੀਏ। ਕੁਛ ਚੀਜ਼ੇ ਪੋਜ਼ਿਟਿਵ ਹੈ ਤਾਂ ਕੁਛ ਨੈਗੇਟਿਵ ਮਿਲੇਗੀ, ਜੋ ਪੋਜ਼ਿਟਿਵ ਚੀਜ਼ਾਂ ਕਨਫਿਊਜ਼ ਨਹੀਂ ਹੋ ਜਾਂਦਾ ਬੱਚਾ ਵੀ ਸਪੋਜ਼ ਮੈਂ ਕੀਤਾ ਸੈਮੀਨਾਰ, ਮੇਰੇ 'ਚ ਵੀ ਆ ਗਏ, ਤੁਹਾਡੇ 'ਚ ਵੀ ਆ ਗਏ, ਹੋਰ ਦੋ 'ਚ ਵੀ ਚਲੇ ਗਏ, ਉਸ ਤੋਂ ਬਾਅਦ ਜਦੋਂ ਡਿਸੀਜ਼ਨ ਲੈਣਾ ਬੱਚਾ ਅਤੇ ਪੇਰੈਂਟਸ ਇਹੀ ਸੋਚੀ ਜਾਂਦੇ ਵੀ ਯਾਰ ਕਿਹੜਾ ਠੀਕ ਸੀ, ਸੋ ਉਹ ਉੱਥੇ ਕਨਫਿਊਜ਼ਨ ਨਹੀਂ ਪੈਦਾ ਹੁੰਦੀ? ਦੇਖੋ ਅਗੇਨ ਵਹੀ ਮੈਂ ਕਹਿ ਰਹਾ ਹਾਂ, ਪੰਜ ਸੈਮੀਨਾਰਸ ਮੇਂ ਇੱਕ ਬੱਚਾ ਗਿਆ, ਤੋ ਪੰਜ ਸੈਮੀਨਾਰਸ ਮੇਂ ਬੱਚਾ ਕੁਛ ਪੋਜ਼ਿਟਿਵ ਚੀਜ਼ਾਂ, ਕੁਛ ਨੈਗੇਟਿਵ ਚੀਜ਼ਾਂ ਹੈ, ਤੋ ਵਹਾਂ ਚੀਜ਼ਾਂ ਆਪਣੇ ਯੇ ਦੇਖਣੀ ਹੈ ਕਿ ਵੋ ਜੋ ਜਿਸ ਆਪ ਫੇਅਰ ਮੇਂ ਗਏ ਉਸਮੇਂ ਸੇ ਕਿਸਨੇ ਐਡਵਾਂਸ ਮੰਗਾ ਆਪਸੇ। ਐਸੇ ਅਭੀ ਵੀ ਫੇਅਰ ਹੋ ਰਹੇ ਹੈ ਸਰ, ਜੋ ਮਤਲਬ ਆਪਕੇ ਆਪਕੇ ਸ਼ਹਿਰੋਂ ਮੇਂ ਹੀ ਹੈ, ਮਤਲਬ ਪੰਜਾਬ ਮੇਂ, ਹਰਿਆਣਾ ਮੇਂ। ਵੈਸੇ ਟੀ ਵੀ ਪੇ ਬੋਲਤੇ ਕਿ ਜੀ ਹਮ ਫ੍ਰੀ ਕਰ ਰਹੇ ਹੈ, ਲੇਕਿਨ ਵੋ ਐਡਵਾਂਸ ਲਿਆ ਜਾ ਰਿਹਾ ਹੈ ਕਿ ਇਸਕੇ ਇਤਨੇ ਪੈਸੇ ਹੈ ਜੀ, 17,000 ਰੁਪਏ ਇਸ ਚੀਜ਼ ਕੇ ਹੈ, 20,000 ਇਸਕੇ ਹੈ, ਟੀ ਵੀ ਪੇ ਕੁਛ ਹੋਰ ਵੀ ਬੋਲਾ ਜਾ ਰਿਹਾ ਹੈ। ਮੈਂ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਤੁਸੀਂ ਇੱਥੇ ਗੱਲ ਕਰ ਰਹੇ ਹੋ ਵੀ ਬੱਚੇ ਨੂੰ 4-5 ਸੈਮੀਨਾਰ ਦੇ ਵਿੱਚ ਜਾਣਾ ਚਾਹੀਦਾ, ਇੱਕ ਜਗ੍ਹਾ 'ਤੇ ਡਿਸੀਜ਼ਨ ਨਹੀਂ ਲੈਣਾ ਚਾਹੀਦਾ, ਸੋਚ ਸਮਝ ਕੇ ਡਿਸੀਜ਼ਨ ਲੈਣਾ ਚਾਹੀਦਾ। ਚੰਗੀ ਗੱਲ ਹੈ, ਮੈਂ ਸਹਿਮਤ ਕਰਦਾ ਪਰਸਨਲੀ। ਦੇਖੋ ਮੇਰੀ ਇਹਦੇ 'ਚ ਸਹਿਮਤੀ ਹੈ ਵੀ ਔਨ ਦਾ ਸਪੋਟ ਨਹੀਂ ਡਿਸੀਜ਼ਨ ਲੈਣਾ ਚਾਹੀਦਾ, ਬਟ ਬਾਕੀ ਇੱਥੇ ਗੱਲ ਕਰਦੇ ਆ, ਕਈ ਵਾਰੀ ਅਸੀਂ ਸੈਮੀਨਾਰ ਦੇ ਵਿੱਚ ਦੇਖਿਆ ਜਾਂ ਐਡ 'ਚ ਦੇਖਿਆ ਵੀ ਸੀਰੀਅਸ ਹੋ ਕੇ ਆਓ, ਡਾਕੂਮੈਂਟਸ ਨਾਲ ਲੈ ਕੇ ਆਓ, ਇੱਕ ਸੋਚ ਪੋਜ਼ਿਟਿਵ ਲੈ ਕੇ ਆਓ ਵੀ ਅਪਲਾਈ ਕਰਨਾ ਹੈ, ਦੋਨੋਂ ਕੰਟਰਡਿਕਸ਼ਨ ਜੀ ਜਾਂ ਸਟੇਟਮੈਂਟ ਨਹੀਂ ਲੱਗਦੀ? ਸਰ ਹੋਨੈਸਟਲੀ ਇੱਕ ਬਾਤ ਬਤਾਊਂ, ਮਤਲਬ ਜੋ ਟੀ ਵੀ ਪੇ ਦੇਖ ਰਹੇ ਨਾ, ਜੋ ਪੇਰੈਂਟਸ, ਜੋ ਦਰਸ਼ਕ, ਜੋ ਸਟੂਡੈਂਟਸ, ਉਨਕੀ ਆਤਮਾ ਕੋ ਯੇ ਪਤਾ ਹੋਤਾ ਹੈ ਕਿ ਯੇ ਬੰਦਾ ਜੈਨੂਅਨ ਹੈ ਯਾ ਯੇ ਫਰੋਡ ਹੈ। ਔਰ ਯੇ ਚੀਜ਼ੇ ਮਤਲਬ ਮੇਰੇ ਕੋ ਮਤਲਬ ਸਟੂਡੈਂਟਸ ਕੇ ਪੇਰੈਂਟਸ ਹੀ ਆ ਕੇ ਬਤਾਤੇ ਹੈ, ਸਟੂਡੈਂਟ ਬਤਾਤੇ ਹੈ ਕਿ ਹਮ ਸਭ ਕੇ ਦੇਖਤੇ ਹੈ, ਆਪਕੇ ਚੈਨਲਸ ਪੇ ਸਭ ਕੇ ਦੇਖਤੇ ਹੈ, ਲੇਕਿਨ ਵੋ ਯੇ ਵੀ ਜਾਣਤੇ ਹੈ ਕਿ ਕੌਣ ਜੈਨੂਅਨ ਹੈ, ਕੌਣ ਨਿਕਲੀ ਹੈ, ਠੀਕ ਹੈ, ਕੌਣ ਸਾ ਯਹਾਂ ਬੈਠ ਕੇ ਠੀਕ ਬੋਲ ਰਿਹਾ ਹੈ, ਕੌਣ ਸਾ ਗਲਤ ਬੋਲ ਰਿਹਾ ਹੈ, ਕੌਣ ਸਾ ਹਮੇ ਝੂਠ ਬੋਲ ਕੇ ਲੁਭਾਨੇ ਕੀ ਕੋਸ਼ਿਸ਼ ਕਰ ਰਿਹਾ ਹੈ, ਔਰ ਕੌਣ ਸਾ ਜੈਨੂਅਨ ਦਿਲ ਸੇ ਫਟਾਕ ਬੋਲ ਰਿਹਾ ਹੈ। ਲੁਭਾਣ ਦਾ ਮਤਲਬ ਕੀ ਜਿਵੇਂ ਸੈਮੀਨਾਰ ਦੇ ਵਿੱਚ? ਲੁਭਾਣ ਕਾ ਮਤਲਬ ਯੇ ਹੈ ਕਿ ਜੋ ਯਹਾਂ ਪੇ ਬਾਤੇਂ ਹੋਤੀ ਹੈ ਨਾ, ਵੋ ਐਕਚੁਅਲ ਮੇਂ ਵਹਾਂ ਨਹੀਂ ਹੋਤੀ। ਪਹਿਲੀ ਬਾਤ, ਕੋਈ ਵੀ ਬੋਸ ਜਲਦੀ ਸੇ ਕਿਸੀ ਵੀ ਕਲਾਇੰਟ ਸੇ ਨਹੀਂ ਮਿਲਤਾ। ਇੱਕ ਬੱਚਾ ਜਲੰਧਰ ਸੇ ਉੱਠ ਕੇ ਆਤਾ, ਇੱਕ ਅੰਮ੍ਰਿਤਸਰ ਸੇ ਉੱਠ ਕੇ ਆਤਾ, ਇੱਕ ਜੰਮੂ ਸੇ ਉੱਠ ਕੇ ਆਤਾ ਹੈ। ਮੈਂ ਠੀਕ ਹੈ ਮਾਨਤਾ ਹੂੰ ਵਰਕਲੋਡ ਹੈ, ਲੇਕਿਨ ਮੈਨੇ ਐਸਾ ਵੀ ਦੇਖਿਆ ਜੋ ਕਲਾਇੰਟਸ ਜਾਂ ਸਟੂਡੈਂਟਸ ਕੇ ਪੇਰੈਂਟਸ ਬੋਲਤੇ ਹੈ, ਕਿਉਂਕਿ ਅੰਦਰ ਹਮਨੇ ਬੋਸ ਕੋ ਦੇਖਾ ਹੈ, ਲੇਕਿਨ ਉਸ ਪੇ ਬਸ ਮਿਲਨੇ ਕੀ ਫੁਰਸਤ ਨਹੀਂ, ਉਹ ਮਿਲਣਾ ਨਹੀਂ ਚਾਹਤਾ। ਵੋ ਸਿਰਫ ਐਂਡ ਸਿਰਫ ਆਪਣੇ ਮਤਲਬ ਵੋ ਵਿਚਾਰੇ ਟੀ ਵੀ ਸ਼ੋ ਜਬ ਦੇਖ ਕੇ ਆਤੇ ਨਾ, ਮੇਰਾ ਫੇਸ ਤੋ ਮੁਝੇ ਦੇਖ ਕੇ ਆਏ ਹੈ, ਕਿਸੀ ਔਰ ਕਾ ਫੇਸ ਹੈ ਤੋ ਉਸਕੋ ਦੇਖ ਕੇ ਆ ਰਹੇ ਹੈ। ਲੇਕਿਨ ਜਬ ਉਨਕੇ ਸਾਥ ਜਬ ਆਫਿਸ ਮੇਂ ਪਹੁੰਚ ਕੇ ਜੋ ਬਾਤੇਂ ਹੋਤੀ ਹੈ ਨਾ, ਠੀਕ ਹੈ, ਚਾਏ ਕਾਫੀ ਆਫਰ ਕਰਦੀ, ਲੇਕਿਨ ਮਾਲਿਕ ਸੇ ਨਹੀਂ ਮਿਲਾ ਜਾਤਾ, ਠੀਕ ਹੈ। ਤੋ ਯੇ ਮੈਂ ਯੇ ਨਹੀਂ ਕਹਤਾ ਕਿ ਮੈਂ ਸਭ ਸੇ ਮਿਲ ਲੇਤਾ ਹੂੰ, ਬਟ ਆਈ ਟ੍ਰਾਈ, ਮੈਂ
तो मैं उससे मिलूँ, अदरवाइज़ किसी और ब्रांच में भी पहुँच गया तो मैं वीडियो कॉन्फ्रेंसिंग के थ्रू कोशिश करता हूँ कि मैं उस पर्सन से बात करूँ। सपोज़ को मैं चंडीगढ़ में बैठा हूँ, कोई अमृतसर में आ गया, तो अमृतसर में बैठा है ठीक है जी, मैं उसको सेटिस्फाई करूँगा, वीडियो कॉन्फ्रेंस के थ्रू मैं उससे बात भी कर लेता हूँ। तुसी होर भी चैनल्स से इनवाइट किए जाते हो जो शोज लिए जाते, हर जगह यही माहौल मिलता भी सारे कंसल्टेंट दी इह जी रिपोर्ट्स आउंदी हैं भी अद्धे मिलते अद्धे नहीं मिलते जो गल्लां करते हो सच्चियां। देखिए होनेस्टली मैं बताऊँ तो मेजोरिटी ऑफ द कंसल्टेंट जो बैठे हैं वो मैं ये नहीं कहता कि अभी सारे ठीक ही बैठे हैं, ठीक है, बट ये भी नहीं कहते भी सारे गलत बैठे, सारे गलत नहीं है, मतलब ठीक भी हैं गलत भी है जज, और कहीं ना कहीं ये जो सोर्स है ये कहीं ना कहीं हमें स्टूडेंट्स को, स्टूडेंट्स के पेरेंट्स को एक तरह से एजुकेट करने का एक ये बीड़ा है। शो का मोटिव भी असी यही लैके शुरू किया सही नॉलेज मीडियोकर नू कढ़ के। मैं अगर चढ़ती कला टाइम टीवी की बात करूँ तो अगर मेरे पास जो क्लाइंट्स आते हैं, जो मेरे पास स्टूडेंट्स और स्टूडेंट्स के पेरेंट्स आते हैं, 80% यही बोलते हैं कि टाइम टीवी पे आपको देखा था। तो मतलब रियली मैं आप लोगों को भी सलूट करूंगा कि आप लोगों ने ये बीड़ा उठाया लोगों को एजुकेट करने का, और रियली मैं इसका बहुत फायदा लोगों को। प्रदीप जी ये ना मैं वही दस लगा सी मीडियोकर कटिया बेसिकली पहले की होंदा अखबार रेडियो या होर्डिंग्स से ऐड देखी बच्चा नु पता ही नहीं होंदा सी मालिक कौन है, एक्चुअल एक्सपर्ट कौन है इस कंपनी के पिछे, काउंसलर ने उन्हें गाइड करता, काउंसलर किन्नी ट्रेंड है नहीं है पता नहीं सी होंदा, बच्चा अपलाई करता सी कि नहीं करता सी, इत्थे मीडियोकर विचों दी कढ के असीं सीधा एक्सपर्ट इत्थे बिठाए, ਇਹ ਸੀਗਾ ਵੀ ਡਾਇਰੈਕਟ ਜਿਹੜੀ ਐਕਸਪਰਟ ਨਾਲ ਗੱਲ ਕਰਾਈ ਜਾਵੇ ਤਾਂ ਕਿ ਸਟੂਡੈਂਟ ਹੁਣ ਜਿਵੇਂ ਅੱਜ ਪ੍ਰਦੀਪ ਜੀ ਦੀ ਨੌਲੇਜ ਹੈ ਉਹ ਮੈਂ ਨਹੀਂ ਕਹਿੰਦਾ ਤੁਹਾਡੀ ਕਾਉਂਸਲਰ ਟ੍ਰੇਨ ਨਹੀਂ, ਬਟ ਜੋ ਨੌਲੇਜ ਤੁਹਾਡੇ ਕੋਲ ਆ ਤੁਹਾਡੀ ਕਾਉਂਸਲਰਸ ਕੋਲ ਨਹੀਂ ਹੈ। ਸੋ ਜੇ ਕੋਈ ਪ੍ਰਦੀਪ ਜੀ ਦੇ ਨੌਲੇਜ ਦਾ ਫਾਇਦਾ ਲੈਣਾ ਚਾਹੁੰਦਾ ਤਾਂ ਉਹ ਮਿਲਣਾ ਵੀ ਪ੍ਰਦੀਪ ਜੀ ਨੂੰ ਚਾਹੁੰਦਾ। ਡੈਫੀਨੇਟਲੀ ਇੱਕ ਚੀਜ਼ ਮੈਂ ਯਹਾਂ ਪੇ ਐਡ ਅਪ ਕਰਨਾ ਚਾਹੂੰਗਾ, ਮੇਰੀ ਇੱਕ ਐਸੀ ਕੰਪਨੀ ਹੈ, ਮੇਰਾ ਅਭੀ ਐਕਸੀਡੈਂਟ ਹੁਆ ਆਪਕੋ ਪਤਾ ਹੈ, ਮੇਰੇ ਕੋ 5 ਮਹੀਨੇ ਸੇ ਮੈਂ ਮਤਲਬ ਇੱਕ ਤਰ੍ਹਾਂ ਸੇ ਬੈਡ ਰੈਸਟ ਤਰ੍ਹਾਂ ਸੇ, ਮਤਲਬ ਬੈਡ ਰੈਸਟ ਤਾਂ ਨਹੀਂ ਕਹਿ ਸਕਦੇ ਲੇਕਿਨ ਯੂ ਕੈਨ ਸੇ ਕਿ ਮੈਂ ਮਤਲਬ ਇਤਨਾ ਐਕਟਿਵ ਨਹੀਂ ਹੂੰ ਬਿਜ਼ਨਸ ਮੇਂ ਔਰ ਹੂੰ ਵੀ, ਔਰ ਮੇਰਾ ਆਜ ਮੈਂ ਅਗਰ ਮੈਂ ਸਰਵਾਈਵ ਕਰ ਰਹਾ ਹੂੰ, ਮੇਰਾ ਗ੍ਰਾਫ ਯਹਾਂ ਤਾਂ ਯਹਾਂ ਗਿਆ, ਉਸਕੇ ਪਿੱਛੇ ਰੀਜ਼ਨਸ ਯਹੀ ਹੈ, ਮੇਰੀ ਆਪਣੀ ਜੋ ਹੈਬਿਟਸ ਹੈ ਮੈਂ ਆਪਣੇ ਸਾਰੇ ਸਟਾਫ ਕੋ ਟ੍ਰੇਨ ਕਰਤਾ ਹੂੰ। ਟ੍ਰੇਨ ਕਰਨੇ ਕਾ ਮਤਲਬ ਯੇ ਹੈ ਕਿ ਮੈਂ ਵੀਡੀਓ ਕਾਨਫਰੰਸਿੰਗ ਦੇ ਥਰੂ, ਸਕਾਈਪ ਕੇ ਥਰੂ ਜਾਂ ਫਿਰ ਫਿਜ਼ੀਕਲੀ ਆਫਿਸ ਮੈਂ ਜਾ ਕੇ ਉਨਕੋ ਟ੍ਰੇਨ ਕਰਤਾ ਹੂੰ। ਮੇਰੇ ਪਾਸ ਐਸੀ ਐਸੀ ਕਾਉਂਸਲਰਸ ਹੈ ਜੋ ਕਭੀ ਟੈਲੀਕੋਲਰ ਥੀ ਆਜ ਕੰਟਰੀ ਹੈਡ ਹੈ ਡਿਊ ਟੂ ਦੇਅਰ ਨੌਲੇਜ, ਕਭੀ ਕੋਈ ਆਇਲਸ ਕਾਉਂਸਲਰ ਥੀ ਦੇ ਆਰ ਦਾ ਕੰਟਰੀ ਹੈਡ। ਤੋ ਕਹਿਣੇ ਕਾ ਮਤਲਬ ਯੇ ਹੈ ਮੈਂ ਵੈਸਟਰਨ ਓਵਰਸੀਜ਼ ਮੈਂ ਜੋ ਵੀ ਸਟਾਫ ਆਏਗਾ ਸਿਰਫ ਐਂਡ ਸਿਰਫ ਉਹ ਇਸ ਲਈ ਰੁਕ ਸਕਦਾ ਹੈ, ਅਗਰ ਉਸਕੇ ਪਾਸ ਨੌਲੇਜ ਹੈ ਤੋ ਰੁਕ ਪਾਏਗਾ, ਅਦਰਵਾਈਜ਼ ਨਹੀਂ ਰੁਕੇਗਾ, ਵੋ ਉਸਕੋ ਮਤਲਬ ਮੈਂ ਫਾਇਰ ਕਰ ਦੂੰਗਾ ਜਾਂ ਉਹ ਛੋੜ ਕੇ ਖੁਦ ਚਲਾ ਜਾਏਗਾ। ਯਹੀ ਇੱਕ ਰੀਜ਼ਨ ਹੈ ਮੈਂ ਜੋ ਹੂੰ, ਮੇਰੇ ਸੇ ਜ਼ਿਆਦਾ ਮੇਰਾ ਸਟਾਫ ਵੀ ਹੈ, ਮੈਂ ਇੱਕ ਗਰੰਟੀ ਦੇਤਾ ਹੂੰ। ਮੇਰਾ ਕੁਛ ਸਟਾਫ ਸਿਲੈਕਟਿਡ ਸਟਾਫ ਐਸਾ ਹੈ ਜੋ ਮਤਲਬ ਹਰ ਇੱਕ ਕੰਟਰੀਜ਼ ਕੀ ਕੰਟਰੀ ਹੈਡ ਹੈ, ਪਲੱਸ ਉਸਕੇ ਨੀਚੇ ਕਾਉਂਸਲਰਸ ਹੈ, ਵੋ ਰੀਅਲੀ ਦੇ ਡਿਜ਼ਰਵ, ਔਰ ਰੀਅਲੀ ਉਨਕੋ ਇਤਨਾ ਟੀਚ ਕੀਆ ਹੈ, ਇਤਨੇ ਇੱਕ ਸਿਸਟਮੈਟਿਕ ਢੰਗ ਸੇ ਨਿਕਾਲਾ ਹੈ। ਇਸੀ ਹਿਸਾਬ ਸੇ ਆਇਲਸ ਫੈਕਲਟੀਜ਼, ਸਿੰਪੀ ਮੈਮੈਸੀ ਇਜ਼ ਦਾ ਅਕੈਡਮਿਕ ਡਾਇਰੈਕਟਰ, ਯੂ ਨੋ, ਮਤਲਬ ਉਨਕਾ ਪੜ੍ਹਾਇਆ ਹੁਆ ਰੀਡਿੰਗ ਔਰ ਰਾਈਟਿੰਗ ਕੋਈ ਕਾਟ ਨਹੀਂ ਸਕਦਾ। ਉਸੀ ਹਿਸਾਬ ਸੇ ਜਿਤਨੀ ਵੀ ਟੀਚਰਸ ਹਮਨੇ ਰੱਖੀ ਹੋਈ ਹੈ, ਉਨਕੋ ਟੀਚਰ ਟ੍ਰੇਨ ਪ੍ਰੋਗਰਾਮ ਸੇ ਇਸ ਪ੍ਰੋਸੈਸ ਸੇ ਇੱਕ ਮਤਲਬ ਟਫ ਪ੍ਰੋਸੈਸ ਸੇ ਨਿਕਾਲਤੇ ਹੈ ਕਿ ਵੋ ਸੇਮ ਸਿੰਪੀ ਮੈਮ ਕਾ ਇੱਕ ਰੂਪ ਬਣ ਕੇ ਆਗੇ ਕਲਾਸ ਮੇ ਜਾਤੀ ਹੈ, ਔਰ 8 band 9 band ਤੱਕ ਬੱਚੇ ਲੈ ਕੇ ਆਤੇ ਹੈ। ਸੋ ਇਹ ਮਿਹਨਤ ਦੇਖੋ ਕਰਨੀ ਚਾਹੀਦੀ ਹੈ ਬੱਚਿਆਂ 'ਤੇ ਵੀ, ਇਹ ਨਹੀਂ ਹੁੰਦਾ ਵੀ ਬੱਚੇ ਹੀ ਮਿਹਨਤ ਕਰਨ, ਅਸੀਂ ਬੱਚਿਆਂ ਨੂੰ ਕਹੀਏ ਤੁਸੀਂ ਵਧੀਆ ਐਗਜ਼ਾਮਸ ਦਿਓ, ਵਧੀਆ ਪਰਸੈਂਟੇਜ ਲਿਆਓ, ਵਧੀਆ ਮਾਰਕਸ ਲਓ। ਅਸੀਂ ਕੰਸਲਟੈਂਟ ਵੀ ਕਹਿੰਦੇ ਹਾਂ ਵੀ ਤੁਸੀਂ ਵੀ ਰਿਸਰਚ ਕਰੋ, ਤੁਸੀਂ ਵੀ ਮਿਹਨਤ ਕਰੋ ਆਪਣੇ ਸਟਾਫ 'ਤੇ, ਉਹਨਾਂ ਨੂੰ ਟ੍ਰੇਨਡ ਕਰੋ। ਕਈ ਜਗ੍ਹਾ ਹੁੰਦਾ ਸਿਰਫ ਟਾਰਗੇਟਸ ਦਿੱਤੇ ਜਾਂਦੇ, ਇਨਸੈਂਟਿਵ ਦੇ ਲਾਲੇ ਦੇ ਵਿੱਚ ਇਨਰੋਲ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਉਹ ਨਹੀਂ ਹੋਣੀ ਚਾਹੀਦੀ। ਕੁਆਲਿਟੀ ਵੱਲ ਧਿਆਨ ਦੇਣਾ ਚਾਹੀਦਾ ਬਜਾਏ ਕਿ ਕੁਆਂਟਿਟੀ, ਜਿਵੇਂ ਪ੍ਰਦੀਪ ਜੀ ਨੇ ਕਿਹਾ ਵੀ ਅਸੀਂ ਪ੍ਰੋਪਰਲੀ ਟੀਮ ਨੂੰ ਟ੍ਰੇਨਡ ਕਰਕੇ ਚੱਲਦੇ ਹਾਂ, ਜੋ ਕਿ ਜ਼ਰੂਰਤ ਵੀ ਹੈ ਤਾਂ ਕਿ ਬੱਚਿਆਂ ਨੂੰ ਬੈਨੀਫਿਟ ਮਿਲ ਸਕੇ। ਸੋ ਇਹਨਾਂ ਦੀ ਐਕਸਪਰਟਾਈਜ਼ ਦਾ, ਇਹਨਾਂ ਦੀ ਟੀਮ ਦੇ ਐਕਸਪੀਰੀਅੰਸ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਹ ਸੈਮੀਨਾਰ ਜਿਹੜੇ 16, 17, 23, 24, 25 16, 17 ਨੂੰ ਹਰਿਆਣਾ ਦੇ ਵਿੱਚ, 23, 24, 25 ਪੰਜਾਬ ਦੇ ਵਿੱਚ ਹੋਣ ਜਾ ਰਹੇ ਨੇ, ਉਹਨਾਂ ਦਾ ਫਾਇਦਾ ਤੁਸੀਂ ਲੈ ਸਕਦੇ ਹੋ। ਬਟ ਉਹ ਟਿਕਟ ਇੱਕ ਜ਼ਰੂਰ ਕੱਢ ਲਿਓ ਵੈਬਸਾਈਟ 'ਤੇ ਜਾ ਕੇ, ਵੈਬਸਾਈਟ ਦਾ ਮੈਂ ਇੱਕ ਵਾਰੀ ਕਹੂੰਗਾ ਪ੍ਰੋਪਰ ਬੋਲ ਦਿਓ ਸਰ। ਦੇਖਿਏ ਮੇਰੀ ਵੈਬਸਾਈਟ ਹੈ www.westernoversees.com। आप इस पे जाके, और इवेंट का एक लॉगिन है उस पे जाके टिकट आप प्रिंट आउट ले सकते हैं। तो टिकट के प्रिंट आउट का फायदा ये होगा कि हमें पता होगा कि आप पार्टिसिपेट कर रहे हैं, हम आपको। अच्छा, ये तो नहीं मिलेगा जिनको प्रिंट आउट, सिर्फ वही आएंगे हुन जिहड़े नहीं कट पाए? नहीं जी, जो नहीं ले पाए वो भी आएंगे, मोस्ट वेलकम, नो वरी। यहाँ पे मोर देन 1000 स्टूडेंट्स,
प्लस तक की हम एक्सपेक्ट कर रहे हैं, और उन बच्चों को के हिसाब से हमने अपना स्टाफ को रखा हुआ है, और स्टाफ उनको क्या नाम है ट्रेनिंग देगा या उसको काउंसलिंग देगा। एक बार प्लीज़ मेरी रिक्वेस्ट है, अगर आपके पास कागज़ पेन है तो एक बार जो 16, 17, 23, 24, 25 को जो सेमिनार्स हो रहे हैं वो वेन्यू ज़रूर लिख लीजिए। 16 तारीख को हमारे 3 सेमिनार हैं जी, दिन सोमवार है 16 अप्रैल को, चंडीगढ़ होटल अरोमा सेक्टर 22C, अंबाला कर्ण प्लाजा प्रेमनगर अंबाला सिटी में है जी, कुरुक्षेत्र होटल 9th Planet जो कि मोहन नगर में पड़ता है, रोड पे ही है जी। तो ये 3 सेमिनार हैं 10 बजे से 5 बजे तक। 17 तारीख दिन मंगलवार नेक्स्ट डे हरियाणा में ही हम यमुनानगर में आ रहे हैं, मॉडल टाउन में है जी, पिरामिड कैफे लॉन्च मेला सिंह चौक पे मॉडल टाउन में पिरामिड कैफे लॉन्च है। कैथल में लखनपाल होटल है पार्क रोड पे, और सोनीपत में सुभाष चौक पे सागर रेस्टोरेंट है। तो यहाँ पे हम आ रहे हैं 10 बजे से 5 बजे तक, जहाँ पे वर्ल्ड अपना ग्लोबल एजुकेशन फेयर है, हर एक कंट्रीज के डेलीगेट्स होंगे, प्लस में आयल्स और पीटी भी करना है तो आयल्स और पीटी के सर्टिफाइड ट्रेनर होंगे। ऑन स्पॉट एडमिशन पे आपको आयल्स और पीटी पे 20% डिस्काउंट भी दिया जाएगा। इसके बाद हम चलते हैं पंजाब में, पंजाब में तकरीबन 4-5 दिन के बाद फिर पंजाब में सेमिनार स्टार्ट हो रहे हैं, 23 अप्रैल दिन मंडे है जी। और इससे पहले सारी इन्फॉर्मेशन मैं दोबारा बताना चाहूँगा कि 15 तारीख को आपको पूरे न्यूज़पेपर में आपको सारी वेन्यूज़ भी मिल जाएंगे हरियाणा के को लेके, और 23 तारीख को पूरे जीत जगबानी और आपका क्या बोलते हैं पंजाब के सही, इसमें आपको सारे वेन्यूज मिलेंगे कि पंजाब में हम कहाँ कहाँ आ रहे हैं, फिर भी आप नोट कर लीजिए। 23 तारीख दिन मंडे अमृतसर होटल बेस्ट वेस्टर्न है, बी ब्लॉक रणजीत वेन्यू, साथ में ही मेरा ऑफिस है बी ब्लॉक में ही रणजीत वेन्यू में वेस्टर्न ऑफिस का। तो यहाँ होटल बेस्ट वेस्टर्न में 10 बजे से 5 बजे तक। सेम डे 23 तारीख को ही पटियाला होटल मोहन कॉन्टिनेंटल है, जो कि अपना अपोजिट पड़ता है हेड पोस्ट ऑफिस के, अपना लीला भवन के आसपास ही है। और होशियारपुर में सेम डे दिन सोमवार 23 तारीख को होटल प्रेजिडेंसी है मॉल टाउन में, 10 बजे से 5 बजे तक पूरे डेलीगेट्स और टीम होगी यहाँ पे। 24 तारीख नेक्स्ट डे मंगलवार जलंधर होटल किंग्स है जी, अपना जीटी रोड पे पड़ता है, इसकी बैक साइड में ही हमारा AGI बिजनेस सेंटर में ऑफिस है। तो जलंधर में होटल किंग्स है सुबह 10 बजे से 5 बजे तक। 24 तारीख को मोगा होटल डिंगरा है जीटी रोड पे मोगा में, और 24 तारीख को दिन मंगलवार सेम डे हम होंगे ए होटल फिरोज गांधी मार्केट 10 बजे से 5 बजे तक। नेक्स्ट डे जी बुधवार है 25 तारीख 3 सेमिनार्स यहाँ पे भी हैं, गुरदासपुर होटल इंटरनेशनल नियर बस स्टैंड, बरनाला होटल मिडवेज और बटिंडा होटल कृष्णा कॉन्टिनेंटल। तो 10 बजे से 5 बजे तक हम यहाँ पे भी होंगे, चाहे कनाडा जाना है, चाहे ऑस्ट्रेलिया जाना है, चाहे न्यूजीलैंड जाना है, यूरोप जाना है, यूके यूएसए जाना है, ISPT के बारे में जानना है, तो 10 बजे से 5 बजे तक आप यहाँ पे आ सकते हैं और अपना ओरिजिनल डॉक्यूमेंट्स लेके आएंगे, इट विल बी मोर बेटर। जो डॉक्यूमेंट नहीं लेके पे आ रहे हैं तो वो प्लीज़ अपने 10th, 12th और ग्रेजुएशन में आपके मेजर सब्जेक्ट्स में कितने मार्क्स हैं, प्लस में ओवरऑल परसेंटेज आपकी कितनी है और आपके पेरेंट्स का ऑक्यूपेशन है, ये जरूर लेके आए। हम प्लस टू के रिजल्ट्स नहीं आए, प्लस वन का लेके हाँ वो प्लस वो टेंथ का लेके आए, प्लस वन का भी लेके आए, और प्लस टू का कहीं ना कहीं बच्चों को एक्सपेक्टेशन होती है कि कहाँ स्कोर आ सकता है, या जो स्कूल के एग्जाम्स हुए होंगे दो तीन लास्ट जो चल जाएगा रिजल्ट, क्या बोला दोबारा बोला, जिवें दो तीन इंटेक्स फाइनल तो पहला स्कूल भी एग्जाम्स ले, हाँ तो मतलब एक अंदाजा सा हमें हो जाएगा कि आप कहाँ डिजर्व करते हो। एक मैं यहाँ पे एक एग्जाम्पल देना चाहूँगा, कल के दिन मैं अमृतसर ऑफिस में था, तो वहाँ मेरे से एक स्टूडेंट्स के पेरेंट्स मिलने आए, बच्चे के 62% मार्क्स, मैं यहाँ पे कोरिलेट करूँगा दो चीज़ें, 62% मार्क्स, बड़ा खुश हुआ उसने बोला कि मेरे पास बिजनेस स्टडीज़ का सब्जेक्ट था, मुझे लगा कॉमर्स में लेके आएगा सारी चीज़ें, फिर बोलता है अगला इंग्लिश, मैंने कहा और पेंटिंग, मैंने कहा और म्यूजिक, पंजाबी, मैंने कहा ये क्या करूँ इस सब्जेक्ट को कहाँ रखूँ, कहाँ मतलब क्या करूँ इसको, फिर 62% मार्क्स। अच्छा मैंने कहा बेटा इंडिविजुअल सब्जेक्ट में बताना, इंग्लिश में 34, बिजनेस में 44, मैंने कहा बेटा क्या करूँ, ना मैं तुझे कनाडा भेज सकता ना तुझे ऑस्ट्रेलिया भेज सकता, मैंने कहा तू न्यूजीलैंड जा सकता है, यूरोप जा सकता है, 2017 पास आउट, मैंने कहा तूने इंप्रूवमेंट नहीं भरा, बोला कि पहली बात तो मैंने कहा ये सब्जेक्ट तूने कैसे ले लिया, बोले स्कूल ही ऐसा था, टीचर अकाउंटिंग का नहीं था, मैंने कहा व्हाट इज दिस, धरना देता अपना, दूसरी बात तेरी परसेंटेज भी बता रही है कि तू खुद इंटरेस्ट नहीं था। तो ऐसी मेरी रिक्वेस्ट है कि जो बच्चे इस टाइप के बच्चे हैं और सपना कनाडा लेके आया 5.5 बैंड ओवरऑल परसेंटेज 62 देख रहे हैं 62 और 5.5 बैंड, मैंने कहा बेटा वीजा नहीं आएगा बल्कि तू फ्रॉड हो जाएगा तेरे साथ, 5-4 लाख रुपए तेरे खराब हो जाएंगे, यूरोप में तो जा सकता है न्यूजीलैंड, उसकी मैंने न्यूजीलैंड की काउंसलिंग दी उसको, प्लस में मेरे को जर्मनी की अपनी काउंसलिंग दी, मैं तो यहाँ जा सकता है, बट सपना एक बच्चा लेके आता है कि मैं 5.5 बैंड पे कनाडा ही जाऊँगा, अब उसके साथ होना क्या, फ्रॉड होगा, उसका रिफ्यूजल आएगा, 2-3 लाख रुपये उसके खराब हो जाएंगे, तब उसको मैं प्रदीप दोबारा याद आऊँगा कि काउंसलिंग दी थी। मैं आप सभी को बोलना चाह रहा हूँ जो 2018 में पास आउट होंगे, एक चीज़ ध्यान से, अगर कनाडा ऑस्ट्रेलिया का आपका सपना और यूएस का सपना है तो
मेजर सब्जेक्ट्स वैल्यू रखते हैं, इवन के और भी कंट्रीज में वैल्यू रखते हैं ये मेजर सब्जेक्ट्स। मेजर सब्जेक्ट्स में अगर आपके किसी सब्जेक्ट्स में 40% आ जाते हैं, 45 आ जाते हैं, बिलो 50 है, तो पर्सनली मेरी रिकमेंडेशन होगी कि आप प्लीज़ गो फॉर इम्प्रूवमेंट, इम्प्रूवमेंट के लिए जाइए और साथ साथ अपनी बैचलर्स में एडमिशन लीजिए, साथ साथ में आइल्स करिए, इधर से आपका स्कोर आ जाएगा तो कहीं ना कहीं हम अच्छे कंट्रीज़ में अच्छे कोर्स में आपको भेज सकते हैं। बाद में से बहुत से बच्चे आते हैं 2013 पास आउट, 15 पास आउट, 16 पास आउट, 17 पास आउट, कि जी किसी ने गाइड ही नहीं किया था, परसेंटेज कम है, किसी ने बताया नहीं था, सब ने बोला जी वीज़ा आ जाएगा। मैं इस चैनल के माध्यम से बोल रहा हूँ, अगर परसेंटेज लो आती है तो गो फॉर इम्प्रूवमेंट फर्स्ट जी। सो थोड़ा मैं कुछ स्टूडेंट्स नालों मिलाना चाहूँगा जेडे प्रदीप जी द्वारा भेजे गए बाहर, उत्थों दी बच्चों ने मैसेज भेजे इत्थे जेडे बच्चे हुण बाहर जाना चाहते हैं उन्हां लई। कैनेडा च ने इस टाइम तीनों स्टूडेंट्स, एक हरियाणे तो है, दो पंजाब तो ने, बट वो थोड़े लिए की मैसेज दे रहे हैं वो जरूर सुने, तो सक्सैस रेट थोड़ा भी वो दिखावे असी भी इन्हों वीज़ा सक्सैस किमें रह रहे हैं, आओ मिलते हैं कुछ बच्चे। हेलो एवरीवन, माइसेल्फ अंकित बालियान, ये मेरे दो फ्रेंड है जो हम केम्ब्रिज यूनिवर्सिटी में पढ़ रहे हैं, हम वेस्टर्न ऑफिस के थ्रू आए थे। मैं 2 साल पहले आया था कैनेडा, तो मैंने एक वर्ल्ड एजुकेशन फेयर अटेंड किया था। इस फेयर का मेन बेनिफिट मुझे मिला था क्योंकि मेरे पास बहुत सारे ऑप्शन थे कोर्सेज के भी, कॉलेज के भी, कंट्रीज़ के भी, और मेरे प्रोफाइल के अकॉर्डिंग जो एक्सपर्ट टीम है वेस्टर्न ऑफिस की, उन्होंने मेरे को सजेस्ट किया था इस कोर्स में, इस कॉलेज में आपका फ्यूचर ब्राइट है। तो फिर मैंने पेट्रोलियम कोर्स अडॉप्ट किया उसमें, और केपटन यूनिवर्सिटी में राइट नाउ वेस्टर्न ऑफिस ऑल्सो एक सेमिनार वो ऑर्गेनाइज कर रहे हैं डोर टू डोर, मतलब हर एक सिटीज़ में जा रहे हैं। तो फिर 2 साल पहले मैंने अंबाला में किया था, तो मेरे को और कहीं जाने की जरूरत नहीं पड़ी थी। इट्स अ सफिशियंट एंड द फुल पैकेज ऑफ कॉलेजेस एंड यूनिवर्सिटीज। हाय, आई एम हरप्रीत, आई एम फ्रॉम जालंधर एंड आई हैव आल्सो रिसेंटली विजिटेड द वर्ल्ड एजुकेशन फेयर ऑर्गेनाइज्ड बाय वेस्टर्न ओवरसीज। मैं सबको यही सलाह देना चाहूँगा कि सारे जितने भी लोग हैं जो कनाडा माइग्रेट करना चाहते हैं, अपनी स्टडीज़ परस्यू करना चाहते हैं, एक बार इनके ज़रूर विज़िट करें, जहाँ भी इनके फेयर्स लग रहे हैं बहुत अच्छी तरह से आपको गाइड करेंगे, आपको बताएंगे कि आपको कौन से कोर्सेज़ लेने चाहिए आपके आगे फ्यूचर के लिए। सिर्फ कनाडा पहुँचना ही एक आपकी डेस्टिनेशन नहीं है, आगे आपको फ्यूचर को ध्यान में रखते हुए आपकी जॉब्स कैसे मिल सकती हैं आपको, उन सबको चीज़ों को एक गाइडेंस, जो प्रॉपर गाइडेंस है, एक्सपर्टीज है, वो आपको ज़रूर मिलेगा। तो मैं इतना ज़रूर कहूँगा कि एटलीस्ट विज़िट करें, और बाकी मेरा भाई निशांत है ये आपको बताएगा। हाय, माय नेम इज निशांत एंड आई एम फ्रॉम जगाधरी। वेस्टर्न ओवरसीज ने वहाँ पर भी एजुकेशन वर्ल्ड एजुकेशन फेयर लगाया था, और मुझे कहीं और जाने की जरूरत नहीं पड़ी, वहीं से वहीं मिल गया। इट प्रोवाइडेड डोर टू डोर सर्विस टू मी। उन्होंने मेरे सामने बहुत सारे कोर्सेज के ऑफर लेटर रख दिए थे, और इट वाज माय चॉइस टू डिसाइड वेयर आई हैव टू गो, एंड देन आई हैव चूजन केप ब्रिटन यूनिवर्सिटी, एंड नाउ आई केम इन मे इनटेक एंड आई हैव अ कोर्स बैचलर्स इन पेट्रोलियम इंजीनियरिंग। सो आई वुड एडवाइस यू टू गो टू वेस्टर्न ओवरसीज जस्ट वंस, एंड इट वुड बी वेरी यूजफुल एंड वेरी हैप्पी। हेलो फ्रेंड्स, मैं सीमा वेस्टर्न ओवरसीज अमृतसर ब्रांच से आज आप सबके सामने फिर से एक सक्सेस स्टोरी लेके आई हूँ मिस्टर परमिंदर सिंह की, जिनका वीजा आया है कनाडा से कॉनेस्टोगा कॉलेज का। सो मिस्टर परमिंदर सिंह, कॉन्ग्रेचुलेशन फॉर हिज वीजा। जो परमिंदर सिंह है पठानकोट से बिलोंग करते हैं, मैं इनकी थोड़ी सी प्रोफाइल आप सबके सामने शेयर करना चाहती हूँ। 2013 में इन्होंने कंप्यूटर साइंस में बीटेक किया है अपना कंप्लीट, देन इसके बाद इनका रेलिवेंट फील्ड में एक्सपीरियंस है, देन अब इनका वीजा आया है कॉनेस्टोगा कॉलेज से। परमिंदर सिंह, जो भी आपके रिव्यूज हमारी कंपनी की रिगार्डिंग रहे हैं, जितने भी आपके फ्रेंड्स हैं उनके साथ शेयर कीजिए कि आपको कैसा लगा हमारी कंपनी में आके, आपको जो भी प्रोग्राम हमने सजेस्ट किया, सो प्लीज शेयर योर व्यूज। हेलो गाइस, माय नेम इज परमिंदर सिंह, मैं पठानकोट तो बिलोंग करता हूं। मैं 2013 विच सीएससी पास आउट होया सीगा, उस तो बाद विच मैं काम कीता, ते मैं फॉरन स्टडी दी फर्दर जाना चाहुंदा सीगा, ते मैं बहुत सारे कंसल्टेंट्स कोल गया, उन्होंने मैनू एह कहा कि तुहाडा हुण कैनेडा दा नहीं हो सकदा, तुसीं किसी होर कंट्री आस्ट्रेलिया या न्यूजीलैंड चले जाओ। तां मैं मेरे किसी फ्रेंड ने दस्सिया, तां मैं वेस्टर्न ओवरसीज आया इत्थे अमृतसर ब्रांच दे विच, ते मैं इत्थे आके इन्हां नूं अपनी प्रोफाइल दे बारे दस्सिया, ते इन्हां ने मैनूं श्योर कीता कि ਤੁਹਾਡਾ ਵੀਜ਼ਾ ਹੋ ਜਾਏਗਾ, ਤੇ ਇਹਨਾਂ ਨੇ ਮੈਨੂੰ ਬਹੁਤ ਚੰਗੀ ਅਸਿਸਟੈਂਸ ਦਿੱਤੀ ਹੈ, ਤੇ ਮੈਂ ਤੁਹਾਨੂੰ ਇਹੋ ਹੀ ਰਿਕੁਐਸਟ ਕਰਨਾ ਚਾਹੁੰਦਾ ਕਿ ਜੇਕਰ ਤੁਸੀਂ ਫੋਰਨ ਜਾਣਾ ਚਾਹੁੰਦੇ ਹੋ ਕਿਸੇ ਵੀ ਕੰਟਰੀ ਦੇ ਵਿੱਚ, ਤਾਂ ਤੁਸੀਂ ਇੱਕ ਵਾਰ ਆ ਕੇ ਅੰਮ੍ਰਿਤਸਰ ਬ੍ਰਾਂਚ ਦੇ ਵਿੱਚ ਵੈਸਟਰਨ ਓਵਰਸੀਜ਼ ਸਟੱਡੀ ਅਬਰੋਡ ਪ੍ਰਾਈਵੇਟ ਲਿਮਿਟਡ ਦੇ ਵਿੱਚ ਆ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਥੈਂਕ ਯੂ।
ਸੋ ਇਸ ਜੇ ਕੋਈ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਤੁਹਾਡੇ ਤੱਕ ਸਾਂਝਾ ਕੀਤਾ, ਤੁਸੀਂ ਵੀ ਇਹਨਾਂ ਦੁਆਰਾ ਕੋਈ ਗਾਈਡੈਂਸ ਚਾਹੁੰਦੇ ਹੋ ਤਾਂ ਇਹਨਾਂ ਦੇ ਸੈਮੀਨਾਰ 'ਚ ਵਿਜ਼ਿਟ ਕੀਤਾ ਜਾ ਸਕਦਾ। ਸ਼ੋਅ ਦਾ ਸਮਾਂ ਨਹੀਂ ਅਲਾਓ ਕਰ ਰਿਹਾ, ਬਟ ਪ੍ਰਦੀਪ ਜੀ ਸ਼ੋਅ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।